ਦੇ ਬਹੁਤ ਹੀ ਪਿਆਰੇ ਸਤਿਕਾਰਯੋਗ ਦੋਸਤੋ ਆਪ ਸਭ ਜੀ ਦਾ ਪਿਆਰ ਭਰੀ ਸਤਿ ਸ਼ਕਾਲ ਸੋ ਦੋਸਤੋ ਹਾਜ਼ਰ ਹੋਇਆ ਅੱਜ ਦੀਆਂ ਵੱਡੀਆਂ ਖਬਰਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਲੰਬੀ ਤੋਂ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੇ ਨਾਜਮੰਡੀ શ્રી ਮੁਖਸਾ ਸਾਹਿਬ ਵੀਖੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਅਤੇ ਭਾਕਿਉ ਵਿਕਤਾ ਉਗਰਾਹਾਂ ਦੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਿਚਕਾਰ ਹੋਈ ਮੀਟਿੰਗ ਮਗਰੋਂ ਮੇਰੇ ਹਲਕੇ ਲੰਬੀ ਵਿੱਚ ਪੈਦਾ ਹੋਇਆ ਵੀਵਾਦ ਖਤਮ ਹੋ ਗਿਆ ਹੈ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਪ੍ਰਵਾਨ ਕਰ ਲਈਆਂ ਹਨ ਜਿਸ ਤਹਿਤ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਯੋਗ ਮੁਆਵਜ਼ਾ ਮਿਲੇਗਾ ਨਾਲ ਹੀ 200 ਮੁੰਬਈ ਦੇ ਵਿੱਚ ਇੱਕ ਕਰੋਨਾ ਦੇ ਨਵੇਂ ਵੇਰੀਐਂਟ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਨਾਲ ਇੱਕ ਵਾਰ ਫਿਰ ਤੋਂ ਸਾਰੇ ਲੋਕਾਂ ਦੇ ਵਿੱਚ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਇਹ ਵਾਲਾ ਜੋ ਕਰੋਨਾ ਹੈ ਇਸ ਦਾ ਇੱਕ ਹੋਰ ਨਵਾਂ ਵੇਰੀਐਂਟ ਆ ਗਿਆ ਹੈ ਜਿਸ ਦਾ ਪਹਿਲਾ ਨਵਾਂ ਮਾਮਲਾ ਜੋ ਹੈ ਮੁੰਬਈ ਦੇ ਵਿੱਚ ਮਿਲਿਆ ਹੈ ਇਸ ਨਾਲ ਹੀ ਦੋਸਤ ਪੰਜਾਬ ਸਰਕਾਰ ਦੇ ਪਸੰਦਲ ਵਿਭਾਗ ਵੱਲੋਂ ਰਾਜ ਦੇ ਸਮੂਹੀ ਭਾਗਾਂ ਦੇ ਮੁਖੀ ਰਜਿਸਟਰਾਰ ਪੰਜਾਬ ਤੇ ਰਾਣਾ ਹਾਈ ਕੋਰਟ ਵੀਜ਼ਨ ਦੇ ਕਮਿਸ਼ਨਰ ਸਮੂਹੀ ਜ਼ਿਲ੍ਹਾ ਤੇ ਸੈਸ਼ਨ ਜੱਜ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਉਪ ਮੰਡਲ ਅਫਸਰ ਸਿਵਲ ਨੂੰ ਜਾਰੀ ਪੱਤਰ ਤੇ ਕੰਟਰੈਕਟ ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਚਬਾਤਾ ਕਰਨ ਬਾਰੇ ਲਿਖਿਆ ਗਿਆ ਹੈ ਸਰਕਾਰ ਦੇ ਵੱਖ-ਵੱਖ ਵਿਭਾਗਾਂ ਚ ਇਸ ਸਮੇਂ ਕੰਟਰੈਕਟ ਤੇ ਕੰਮ ਕਰ ਰਹੇ ਕਰਮਚਾਰੀਆਂ ਦੀ ਥਾਂ ਤੇ ਨਵੀਂ ਰੈਗੂਲਰ ਭਰਤੀ ਕਰਨ ਚ ਸਮਾਂ ਲੱਗਣ ਹੋਣ ਤੇ ਜੇਕਰ ਜਏ ਕਰਮਚਾਰੀ ਦੀ ਸੇਵਾਵਾਂ ਦੀ ਜ਼ਰੂਰਤ ਹੋਵੇ ਤਾਂ ਵਿਭਾਗ ਹੋਰਾਂ ਅਧਿਕਾਰੀਆਂ ਕਰਮ ਚਾਰੀਂ ਦਿਨਾਂ ਸਿਵਾਮਾ ਕੱਤੀ ਤੇ 2023 ਦੇ ਕੱਚੇ ਮਲਾਜਮਾਂ ਨੂੰ ਰੈਗੂਲਰ ਕਰਨ ਸੰਬੰਧੀ ਨਵਾਂ ਕਾਨੂੰਨ ਦੇ ਆਉਣ ਤੱਕ ਵਾਅਦਾ ਕਰ ਸਕਦਾ ਹੈ ਇਸ ਦੇ ਨਾਲ ਹੀ 200 ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਨਹੀਂ ਹੈ ਕੋਈ ਖਤਰਾ ਅਦਾਲਤ ਨੇ ਫੈਸਲਾ ਰੱਖਵਾ ਰੱਖਿਆ ਸੋ ਦੋਸਤੋ ਕਾਲੀਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਪਟਿਆਲਾ ਜੇਲ੍ਹ ਦੇ ਵਿੱਚ ਆਪਣੀ ਜਾਨ ਨੂੰ ਖਤਰਾ ਦੱਸਦੇ ਅਦਾਲਤ ਚ ਲਗਾਈ ਅਰਜੀ ਸਰਕਾਰੀ ਧਿਰ ਵੱਲੋਂ ਜ਼ਿਲ੍ਹਾ ਟਰਨੀ ਸੰਜੀਵ ਬੱਤਰਾ ਅਤੇ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੇ ਡੀਐਸਸੀ ਸੌਪਤੀ ਐਸਐਸਨੋਵਾ ਤੇ ਅਰਸ਼ਪ ਸਿੰਘ ਕਲੀਅਰ ਵਿਚਕਾਰ ਤਿੱਖੀ ਬਹਿਸ ਤੋਂ ਬਾਅਦ ਦਾ ਅਲਸ ਨੇ ਫੈਸਲਾ ਰੱਖ ਮਾਰ ਰੱਖ ਲਿਆ ਹੈ ਮਜੀਠੀਆ ਦੇ ਵਕੀਲਾਂ ਬੋਲੋ ਬੈਰਿਕ ਨਾ ਬਦਲਾ ਸੰਬੰਧੀ ਤਾਲਤ ਨੂੰ ਅਪੀਲ ਕੀਤੀ ਗਈ ਜਦੋਂ ਕਿ ਪਟਿਆਲਾ ਜੇਲ ਸੁਪਰਡੈਟ ਸੁੱਚਾ ਸਿੰਘ ਵੱਲੋਂ ਦਾਲਤ ਚ ਹਾਜ਼ਰ ਹੋ ਕੇ ਆਪਣਾ ਪੱਖ ਰੱਖਦੇ ਕਿਹਾ ਕਿ ਜੇਲ ਦੇ ਕਾਨੂੰਨ ਮੁਤਾਬਕ ਉਹ ਆਪਣੀ ਡਿਊਟੀ ਠੀਕ ਢੰਗ ਨਾਲ ਨਿਭਾ ਰਹੇ ਹਨ ਉਧਰ ਤਾਲ ਸੁਣਵਾਈ ਦੌਰਾਨ ਬਿਕਮ ਸਿੰਘ ਮਜੀਠੀਆ ਦੀ ਪਤਨੀ ਵਿਧਾਇਕ ਗਨੀਬ ਕੌਰ ਵੀ ਹਾਜ਼ਰ ਸਨ ਚਾਰ ਛੋਟੀਆਂ ਕੁੜੀਆਂ ਇੱਕ ਨਿਕਲਿਆ ਮੁੰਡਾ ਆ ਵੇਖੋ ਤੇ ਘਰ ਵੇਖ ਲੋ ਬਾਲੇ ਟੈਨ ਵਾਲੇ ਆ ਹਾਂਜੀ ਇਹ ਲਾਅ ਐਂਡ ਆਰਡਰ ਹੈ ਪੰਜਾਬ ਚ ਪੁਲਿਸ ਆਈ ਹੈ 50 ਤੋਂ 60 ਬੰਦੇ ਨਾਲ ਕਬਜਾ ਕੰਪਨੀ ਬਣਾਤੀ ਇਹਨਾਂ ਨੇ ਅੱਗੇ ਪਿਛਲੀ ਵਾਰੀ ਉਹਨਾਂ ਪ੍ਰਾਈਵੇਟ ਲਿਮਟਿਡ ਕੰਪਨੀ ਬਣਾਈ ਸੀ ਨਾ ਕਬਜਾ ਕੰਪਨੀ ਬਣਾਤੀ ਪੁਲਿਸ ਨਾਲ ਖੜੀ ਹੈ ਪਿੱਛੇ ਦੋ ਕਿੱਲੇ ਪਿੱਛੇ ਪੁਲਿਸ ਖੜੀ ਹੈ ਤੇ ਗੋਲੀਆਂ 50-50 ਨਿਕਲੀਆਂ ਨੇ ਜਿਹੜੇ ਮਾਰੇ ਨੇ 50-50 ਗੋਲੀਆਂ ਇੱਕ ਇੱਕ ਬੰਦੇ ਦੇ ਵਿੱਚੋਂ ਤੁਸੀਂ ਸੋਚ ਕੇ ਵੇਖੋ ਇਹ ਇਹ ਇਹਨਾਂ ਨੂੰ ਕੌਣ ਪਾਲੂ ਹੈ ਇਟ ਇਜ਼ ਅ ਬੰਚ ਆਫ ਐਮਚਰਸ ਰਨਿੰਗ ਦਿਸ ਗਵਰਨਮੈਂਟ ਕੋਈ ਅਨੁਭਵ ਨਹੀਂ ਸਰਕਾਰਾਂ ਕਿਵੇਂ ਚੱਲਦੀਆਂ ਨੇ ਹਾਂਜੀ ਰਾਜਕਤਾ ਦਾ ਮਤਲਬ ਤੁਸੀਂ ਦੇਖੋ ਤਾਂ ਸਹੀ ਰਾਜਕਤਾ ਦਾ ਸਮਾਚਾਰਾਚਾਰੇ ਪਾਸੇ ਕਬੱਡੀ ਖੇਡਾਰੀ ਦੇ ਉੱਪਰ ਵੀ ਇਸ ਤਰ੍ਹਾਂ ਕੀਤਾ ਗਿਆ ਮੈਂ ਕਿਹਾ ਕਬੱਡੀ ਖੇਡਾਰੀ ਦੀ ਗੱਲ ਨਾਲ ਸੜਕ ਦੇ ਉੱਤੇ ਫਗਵਾੜੇ ਗੋਲੀ ਚੱਲੀ ਐ ਮੋਗੇ ਚੱਲੀ ਐ ਕਸੂਆਂ ਚੱਲੀ ਐ ਜਲੰਧਰ ਚੱਲੀ ਐ ਲੁਧਿਆਣੇ ਬੰਦਾ ਮਰਿਆ ਕਿੰਨੇ ਕ ਵਾਰ ਚਾਰ ਟੂਰਨਾਮੈਂਟਾਂ ਵਾਲੇ ਮਾਰਤੇ ਹੂੰ ਚਾਰ ਆ ਜੇ ਇੱਥੇ ਮਾਰਤੇ ਤੇ ਕੀ ਕਸੂਰ ਹੈ ਇਹਨਾਂ ਦਾ ਵਾਈ ਕਰਨ ਦੇ ਆਪਦੀ ਜ਼ਮੀਨ ਦੀ ਹੂੰ ਦੋ ਦੋ ਕਿੱਲਿਆਂ ਦੇ ਉੱਤੇ ਕਬਜ਼ਾ ਕਰਾਉਣ ਆਏ ਆ ਪੁਲਿਸ ਨਾਲ ਲੈ ਕੇ ਆਇਆ ਤੇ ਇੱਥੋਂ ਕਹਿੰਦੇ ਆ ਜੀ ਕਿ ਕਾਂਗਰਸ ਦੇ ਸਰਪੰਚ ਨੇ ਗੋਲੀ ਚਲਾਤੀ ਉਹ 60 ਬੰਦੇ ਗੋਲੀ ਚਲਾ ਰਹੇ ਉਹਦੇ ਤੇ ਉਹ ਕੀ ਕਰੂਗਾ ਆਪਦੇ ਖੇਤ ਦੇ ਵਿੱਚ ਸੈਲਫ ਡਿਫੈਂਸ ਵੀ ਨਹੀਂ ਕਰੂ ਹੈ ਸਰੀਏ ਨਿਆ ਪੰਜਾਬ ਕੀ ਬਾਤ ਕਰਦੇ ਇਹ ਇਹ ਜਿਹੜੀ ਇਹ ਜੋ ਕੁਝ ਹੋ ਰਿਹਾ ਨਾ ਇਹ ਜੋ ਕੁਝ ਹੋ ਰਿਹਾ ਇਹ ਜ਼ਿਆਦਾ دیر ਨਹੀਂ ਚੱਲੇਗਾ ਇਹ ਜਿਹੜੀ ਬਦਲਾਵ ਵਾਲੀ ਗੱਲ ਹੈ ਨਾ ਇਹ ਇਹ ਲੋਕਾਂ ਨੇ ਉੱਤਰ ਜਾਣਾ ਸਾਰਾ ਕੁਝ ਇਹ ਜਿਹੜੇ ਸੰਤਾਪ ਭੋਗ ਰਹੇ ਆ ਨਾ ਇਹਨਾਂ ਦੀਆਂ ਹਾਵਾਂ ਨਹੀਂ ਮਾਰ ਦੇਣਾ ਦੇਖੋ ਲਾਅ ਐਂਡ ਆਰਡਰ ਕਿਸੇ ਪਾਰਟੀ ਦਾ ਮਹਤਾਜ ਨਹੀਂ ਹੁੰਦਾ ਲਾਅ ਐਂਡ ਆਰਡਰ ਸਾਰੇ ਵਾਸਤੇ ਹੁੰਦਾ ਕਾਨੂੰਨ ਵਿਵਸਥਾ ਤੋਂ بڑا ਫੰਡਾਮੈਂਟਲ ਰਾਈਟ ਮੈਂ ਕੱਲ ਵੀ ਕੋਈ ਨਹੀਂ ਹੈ ਜਿੱਥੇ ਜਾਨ ਮਾਲ ਹੀ ਮਹਿਫੂਜ਼ ਨਹੀਂ ਉੱਥੇ ਕਾਦੀ ਸਰਕਾਰ ਹੈ ਭਾਈ ਉੱਥੇ ਕੀ ਹੈ देयर इज नो ਗਵਰਨੈਂਸ ਨਾਥਿੰਗ ਕਾਲਡ ਗਵਰਨੈਂਸ 15 ਦਿਨ ਨਹੀਂ ਹੋਇਆ ਜੇ ਹਾਂ ਤੇ ਤੁਸੀਂ ਦੂਜੇ ਪਾਸੇ ਇੱਥੇ ਜੰਗਲ ਰਾਜ ਕਾਇਮ ਕਰੀ ਜਾਂਦੇ ਹੋ ਤੇ ਦੂਜੇ ਪਾਸੇ ਤੁਸੀਂ ਇਲੈਕਸ਼ਨ ਦਿੱਤਨ ਫਿਰਦੇ ਹੋ ਹੈ ਕਸ ਦੇ ਨਾਲ ਕਰਾਪਸ਼ਨ ਵੀ ਦੂਰ ਕਰਤੀ ਲਾਅ ਐਂਡ ਆਰਡਰ ਵੀ ਮੇਨਟੇਨਡ ਐ ਸਾਰਾ ਕੁਝ ਹੀ ਠੀਕ ਐ ਇਹ ਗੱਲਾਂ ਨਾਲ ਚੱਲਦੀ ਐ ਸਰਕਾਰ ਸਰ ਜੀ ਵੀ ਟਾਕਿੰਗ ਅਬਾਊਟ ਇਸ ਜੀ ਵੀ ਟਾਕਿੰਗ ਅਬਾਊਟ ਇਹ ਪੰਜਾਬ ਉਹਦੇ ਬਾਰੇ ਕਿਤੇ ਉਹ ਯਾਰ ਮੈਂ ਕਹਿੰਨਾ ਫੋਰਸਾਂ ਜਿੰਨੀਆਂ ਮਰਜ਼ੀ ਬਣਾ ਲਓ ਗੱਲਾਂ ਜ਼ਮੀਨ ਤੇ ਤੇ ਲਾਓ ਜਦ ਤਾ ਮੈਂ ਹੋਸ਼ ਸੰਭਾਲਿਆ ਮੈਂ ਇਹੋ ਜੀ ਸਥਿਤੀ ਦੇਖੀ ਨਹੀਂ ਛੋਟੇ ਬੰਤ ਤੂੰ ਆ ਦੇਖ ਤਾ ਸਹੀ ਜ਼ਮੀਨ ਤੇ ਉਤਰੋ ਨਾ ਅਖਬਾਰਾਂ ਚ ਪੜ ਕੇ ਕੁਝ ਹੋਰ ਲੱਗਦਾ ਲੇਕਿਨ ਜਦ ਤੂੰ ਜ਼ਮੀਨ ਤੇ ਉਤਰੋ ਦੇਖੋ ਨਾ ਕੁਝ ਹੋਰ ਹੀ ਐ ਗੱਲ ਬੰਦਾ ਹੀ ਨਹੀਂ ਆ ਘਰਾਂ ਚ ਕੋਈ ਤੂੰ ਦੱਸ ਮੈਨੂੰ ਚਾਰ ਕੁੜੀਆਂ ਆ ਨਿਕਲਿਆ ਜਵਾਕ ਮਾਂ ਤੇ ਘਰ ਵਾਲੀ ਆ ਆ ਖੜੇ ਆ ਦੱਸ ਇਹਨੂੰ ਕੌਣ ਪਾਲੂ ਹਾਂ ਉਧਰ ਦੇਖ ਜਾ ਕੇ ਮਤਲਬ ਯਾਰ ਮਤ ਪੇਦ ਹੋ ਸਕਦੇ ਆ ਤੁਹਾਡੇ ਲੜਾਈ ਝਗੜੇ ਹੋ ਸਕਦੇ ਆ ਤੁਸੀਂ ਕਿਸੇ ਗੋਲੀ ਥੋੜਾ ਨਾ ਮਾਰ ਦਿਓਗੇ ਰੰਗ ਕੁੱਪ ਫੇਟ ਕਰੂ ਇਹਨੂੰ ਦੇ ਸਕਾਂ ਉਹਨੂੰ ਪਿਓ